बलाबल महला तीजा पूरा थाट बनाया पूरा वेखो एक समाना पूरा थाट बनाया पूरा वेखो एक समाना इस परपंच मैं साचे नाम की वडियाई मत को तरो गुमाना सतगुर की जिसनो मत वावे सो सतगुर माही समाना एह बाणी जो जियो जाने एह बाणी जो जियो जाने तिस अंतर रवै हर नामा रहाउ चहु जुगां का हुण नबेड़ा नर मनुखां नूं एक नदाना जत संजम तीरथ उना जुगां का धर्म है कल मैं कीरत हरनामा जुग जुग आपो अपना धर्म है सोध देखो वेद पुराना गुरमुख जिनी त्याया हर हर जगते पूरे परवाना कहत नानक सच्चे स्यों प्रीत लाए चूकै मन अभमाना कहत सुनत सबे सुख पावे मानत पाहि नदाना कहत सुनत सबे सुख पावे मानत पाहि निदाना शब्द गुरु साहिब श्री गुरु ग्रंथ साहिब महाराज सच्चे पातशाह जी दी पावन पवित्र हजूरी दे विच पाईमान गुरु प्यारे हो आप बड़े ही तंता दे जोग हो बड़े भाग ने साहिबा दी मुबारक बाणी सुनण समझण दा सुभागा वक्त प्राप्त होया है आओ गुरु बख्शिश करे गुरबाणी विचार समझ गए बाणी दी विचार आरंभ करन तो पहला आपस विच गुरफतेह दी सभना ने सांझ पाउणी प्यार विच भिज के बोलना जी आखियो वाहिगुरु जी का खालसा वाहिगुरु जी की फतेह धन गुरु अमरदास महाराज अज दे पावन शब्द विच जो लड़ी बार विचार आपां सरवण कर रहे हाँ इस दे विच बड़े प्यार दे विच भिज के समझा रहे ने कृपा कीती है जो रहाउ दा बंद है उस बंद दे अंदर पूरे शब्द विच गुरु पातशाह जी ने गुरबाणी गुरु दे राही सानू समझाया जिक्र की कीता सतगुर की जिसनू मत आवे सतगुर की जिसनू मत आवे सो सतगुर माहे समाना ए बाणी यह बाणी जो जियो जाने इस बाणी नू जिहड़ा हिरदे चों ध्यौंदा है याद करता है यह बाणी जो जियो जाने तिस अंतर रवै हरनामा तिस अंतर रवै
ਹਰਨਾਮਾ ਰਹਾਓ। ਹੁਣ ਇਸ ਪਾਵਨ ਰਹਾਓ ਦੇ ਬੰਦ ਦੇ ਜਿਹੜੇ ਅੱਖਰੀ ਅਰਥ ਨੇ ਉਹ ਤਾਂ ਇਹ ਬਣ ਗਏ ਕਿ ਜਿਸ ਮਨੁੱਖ ਨੂੰ ਗੁਰੂ ਦੀ ਸਿੱਖਿਆ ਉੱਤੇ ਯਕੀਨ ਆ ਜਾਵੇ ਉਹ ਮਨੁੱਖ ਗੁਰੂ ਦੇ ਉਪਦੇਸ਼ ਵਿੱਚ ਲੀਨ ਹੋ ਜਾਂਦਾ ਹੈ। ਜਿਹੜਾ ਮਨੁੱਖ ਇਸ ਬਾਣੀ ਨਾਲ ਜਿੰਦ ਕਰਕੇ ਜੁੜ ਜਾਵੇ ਉਸ ਦੇ ਅੰਦਰ ਪਰਮਾਤਮਾ ਦਾ ਨਾਮ ਟਿਕ ਜਾਂਦਾ ਹੈ। ਇਹ ਹੋ ਗਏ ਅੱਖਰੀ ਅਰਥ ਤੇ ਭਾਵ ਅਰਥ ਕੀ ਨੇ ਜੋ ਗੁਰਬਾਣੀ ਦੇ ਵਿੱਚੋਂ ਸਾਨੂੰ ਸੁਨੇਹਾ ਮਿਲਣਾ, ਜੋ ਸ਼ਬਦ ਦਾ ਮਿਠਾਸ, ਸ਼ਬਦ ਦਾ ਰਸ, ਸ਼ਬਦ ਦੀ ਅਸਲੀਅਤ ਹੈ ਉਹਦੇ ਬਾਰੇ ਸਾਨੂੰ ਕੀ ਪਤਾ ਲੱਗੂ, ਕਿਵੇਂ ਅਸੀਂ ਸਮਝੀਏ। ਉਦਾਹਰਣ, ਦੁਨੀਆਂ ਦੇ ਵਿੱਚ ਬੜੀ ਇੱਕ ਪ੍ਰਾਚੀਨ ਸਮੇਂ ਤੋਂ ਲੰਮੇ ਵਕਤ ਤੋਂ ਇੱਕ ਰੀਤ ਆ। ਉਹ ਰੀਤ ਕਿਹੜੀ ਆ? ਵੀ ਉਸ ਪਰਮਾਤਮਾ ਦੇ ਵਿੱਚ ਮਨੁੱਖ ਨੇ ਆਪਣੇ ਆਪ ਨੂੰ ਲੀਨ ਕਰਨਾ, ਪਰਮਾਤਮਾ ਵਿੱਚ ਆਪਣੇ ਆਪ ਨੂੰ ਮਿਲਾਉਣਾ ਹੈ, ਉਹਦੇ ਵਿੱਚ ਮਿਕਸ ਹੋਣਾ ਆਪਾਂ। ਹੁਣ ਮੰਨ ਲਓ ਇਹਦਾ ਤਾਂ ਸਾਰਿਆਂ ਨੂੰ ਪਤਾ ਲੱਗ ਗਿਆ ਵੀ ਹਾਂ ਇਹ ਕੰਮ ਸਭ ਨੇ ਕਰਨਾ। ਇਸ ਕੰਮ ਨੂੰ ਕੋਈ ਦੁਨੀਆਂ ਦੇ ਵਿੱਚ ਕਿਸੇ ਵੀ ਧਰਮ ਦਾ ਲੇਬਲ ਲਾ ਕੇ ਕਰੇ, ਕੋਈ ਮੰਦਿਰ, ਮਸਜਿਦ, ਗੁਰਦੁਆਰਾ, ਚਰਚ ਵਗੈਰਾ ਜਿੱਥੇ ਮਰਜ਼ੀ ਕਰੇ, ਤੇ ਪਰ ਇਹ ਜਿਹੜਾ ਕੰਮ ਹੈਗਾ ਹੈ ਔਖਾ। ਵੈਸੇ ਜਦੋਂ ਗੁਰਬਾਣੀ ਜੁੜ ਗਏ ਔਖਿਆ ਹੀ ਕੁਛ ਨਹੀਂ, ਪਰ ਆਪਾਂ ਕੀ ਕਹਾਂਗੇ ਵੀ ਹੈ ਔਖਾ। ਬੰਦਾ ਭਾਲਦਾ ਰੇਡੀਮੇਡ ਕੰਮ, ਮਿਹਨਤ ਨਾ ਹੋਵੇ, ਤਕਲੀਫ ਨਾ ਹੋਵੇ, ਕੋਈ ਹਿੰਮਤ, ਕੋਈ ਉਪਰਾਲਾ ਕੁਛ ਨਾ ਕਰਨਾ ਪਵੇ। ਸਾਲ ਬਾਅਦ ਥੋੜ੍ਹਾ ਬਹੁਤਾ ਧਰਮ ਦਾ ਆਪਣੇ ਨਾਮ ਮਗਰ ਤੋਂ ਖਲਸ ਛੋਟਾ ਵੱਡਾ ਲਾ ਲਓ, ਧਰਮੀ ਬਾਣ ਦਾ ਢੰਡੋਰਾ ਪਿੱਟ ਦੇਵੋ ਤੇ ਲੋਕ ਤੁਹਾਨੂੰ ਕਹਿਣਗੇ ਬੜਾ ਧਰਮੀ ਆ, ਬੜਾ ਸਿਆਣਾ ਮਨੁੱਖ ਆ। ਇੰਨੀ ਵਾਹ ਵਾਹ ਸੁਣਨ ਦੇ ਲਈ ਬੰਦਾ ਕਾਫੀ ਧਰਮ ਦੇ ਨਾਂ ਤੇ ਕਰਮ ਕਰਦਾ ਹੈ, ਜਿਵੇਂ ਕਿ ਧੂਫਾਂ ਜੋਤਾਂ ਲਾਉਣੀਆਂ, ਇੱਕ ਸੁਗੰਧੀ ਵਾਸਤੇ ਇੱਕ ਅਲੱਗ ਵਿਸ਼ਾ, ਵਾਤਾਵਰਨ ਨੂੰ, ਮੌਕੇ ਦੇ ਮਾਹੌਲ ਨੂੰ ਸਾਫ਼ ਕਰਨ ਵਾਸਤੇ ਦੇਸੀ ਘਿਓ ਬਾਲ ਲੈਣਾ ਜੋਤ ਦੇ ਰੂਪ 'ਚ, ਕੋਈ ਅਗਰਬੱਤੀ ਵਗੈਰਾ ਲਾ ਦੇਣਾ, ਕੋਈ ਸੈਂਟ ਦੀ ਆਦਿਕ ਵਰਤੋਂ ਜੋ ਆਪਾਂ ਕਰਦੇ ਹਾਂ ਉਹ ਕਰ ਲੈਣੀ, ਉਹ ਇੱਕ ਵੱਖਰਾ ਅਲੱਗ ਸਬਜੈਕਟ ਆ। ਇੱਕ ਮੰਨਤਾ ਕਰਨੀ, ਪੰਜ ਪੰਜ ਦੀਵੇ, ਦੋ ਦੋ ਦੀਵੇ, ਧੂਫਾਂ ਸਪੈਸ਼ਲ ਤੌਰ 'ਤੇ ਲਾਉਣੀਆਂ, ਉਹ ਧਰਮ ਦੇ ਨਾਂ 'ਤੇ ਕਰਮ ਬਣ ਗਿਆ। ਫਿਰ ਉਹ ਬੰਦਾ ਕੀ ਕਹਿੰਦਾ? ਜੀ ਮੈਂ ਪਰਮਾਤਮਾ 'ਚ ਲੀਨ ਹੋ ਗਿਆ। ਹਾਲਾਂਕਿ ਉਹ ਬੰਦਾ ਪਰਮਾਤਮਾ ਦੇ ਉਲਟ ਆ। ਹੁਣ ਚੇਤਾ ਰੱਖਿਓ, ਲੀਨ ਤਾਂ ਜੋਗੀ ਵੀ ਕਹਿੰਦੇ ਨੇ ਆਪਣੇ ਆਪ ਨੂੰ, ਵੀ ਅਸੀਂ ਵੀ ਪਰਮਾਤਮਾ 'ਚ ਲੀਨ ਹੋ ਗਏ। ਕਹਿੰਦੇ ਆ ਨਾ ਵੀ ਅਸੀਂ ਵੀ ਉਹ ਰੱਬ ਦੇ ਵਿੱਚ, ਉਸ ਪਰਮਾਤਮਾ ਦੇ ਵਿੱਚ ਲੀਨ ਹੋ ਗਏ। ਸਾਡੇ ਵਿੱਚ ਵੀ ਤਾਂ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ। ਚਾਹੇ ਕੋਈ ਵੀ ਹੈਗਾ, ਜੋਗੀ ਆ, ਜਤੀ ਆ, ਤਪੀ ਆ, ਸਤੀ ਆ, ਕੋਈ ਵੀ ਆ, ਬਸ ਗੱਲ ਖਤਮ ਆ ਵੀ ਹਰ ਕੋਈ ਇਨਸਾਨ ਆਪਣੇ ਆਪ 'ਤੇ ਲੇਬਲ ਲਾਉਂਦਾ ਵੀ ਅਸੀਂ ਉਹ ਪਰਮਾਤਮਾ ਦੇ ਵਿੱਚ ਲੀਨ ਹੋ ਗਏ। ਸਾਡੇ ਵਿੱਚ ਤਾਂ ਪਰਮਾਤਮਾ ਵਿੱਚ ਕੋਈ ਅੰਤਰ ਨਹੀਂ ਹੈ। ਕੋਈ ਕਹਿੰਦਾ ਮੇਰੇ 'ਚ ਦੀਪ ਸਿਉਂ ਦਾ, ਕਹਿੰਦਾ ਨਾ ਮੈਂ ਲੀਨ ਹੋ ਗਿਆ, ਦਸ ਦਸ ਨੇ ਇਸ਼ਨਾਨ ਨਹੀਂ ਕਰਨਾ, ਬਾਣੀ ਨੂੰ ਨਮਸਕਾਰ ਨਹੀਂ ਕਰਨੀ, ਗੁਰਬਾਣੀ ਦੀ ਵਿਚਾਰ ਨਹੀਂ ਕਰਨੀ, ਦੀਪ ਸਿਉਂ ਹੀ ਆਜੂਗਾ। ਸੋਚੋ, ਕੋਈ ਕਹਿੰਦਾ ਨਹੀਂ ਮੇਰੇ 'ਚ ਤਾਂ ਭੁੰਦੜ ਵਾਲੇ ਸ਼ਹੀਦ ਆਉਂਦੇ ਨੇ। ਕੇ ਕਹਿਣਾ ਹੀ ਹੈ ਨਾ ਮੈਂ ਰੱਬ 'ਚ ਲੀਨ ਆ, ਮੇਰੀ ਗੱਲ ਕਹੀ ਪੂਰੀ ਹੁੰਦੀ ਆ। ਅਸੀਂ ਚੱਲ ਪੈਂਦੇ ਹਾਂ ਵੀ ਹਾਂ ਯਾਰ ਵਾਕਈ ਸਹੀ ਆ, ਅਸੀਂ ਚੱਲ ਪੈਂਦੇ ਹਾਂ। ਕੋਈ ਮਾੜਾ ਮੋਟਾ ਗੱਪ ਕਹਾਣੀ ਸੁਣਾ ਦਿੰਦਾ ਗਾ, ਗੱਪ ਕਹਾਣੀ ਸਮਝਦੇ ਨਾ, ਝੂਠ ਮੂਠ ਜਿਹਾ ਸੁਣਾ ਦਿੰਦਾ, ਅਸੀਂ ਯਕੀਨ ਕਰਨਾ। ਸੋਚੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੀ ਗੱਲ ਸੁਣਾਉਂਦੇ ਨੇ, ਉਹਦੇ 'ਤੇ ਸਾਨੂੰ ਯਕੀਨ ਨਹੀਂ, ਵਿਸ਼ਵਾਸ ਨਹੀਂ, ਪਰ ਗੱਪ ਕਹਾਣੀਆਂ 'ਤੇ ਸਾਨੂੰ ਕਿੰਨਾ ਵਿਸ਼ਵਾਸ ਆ। ਮਤਲਬ ਕਹਿਣ ਤੋਂ ਮੁਰਾਦ, ਮਨੁੱਖ ਬਹੁਤ ਕੁਛ ਕਰਦਾ ਗਾ, ਉਹ ਪਰਮਾਤਮਾ ਦੇ ਵਿੱਚ ਲੀਨ ਹੋਣ ਦਾ ਢੌਂਗ ਬੜੇ ਤਰੀਕਿਆਂ ਦੇ ਨਾਲ ਰਚਦਾ ਗਾ, ਬਹੁਤ ਕੁਛ ਕਰਦਾ। ਪਰ ਹੁਣ ਅਸਲੀਅਤ ਕੀ ਹੈ? ਚਲੋ ਤਾਂ ਜਿੰਨਾ ਹੁਣ ਲੀਨਾਂ ਦੀ ਖਿੱਦੋ ਆ, ਜਿੰਨਾ ਮਰਜ਼ੀ ਆਪਾਂ ਖੁੱਲ੍ਹੀ ਜਾਏਗੀ ਉਨੀ ਖੁੱਲ੍ਹੀ ਜਾਊ, ਕੁਛ ਮਰਜ਼ੀ ਲਾਈ, ਚਲੋ ਮੋਟਾ ਮੋਟਾ ਜਿਹਾ ਆਪਾਂ ਵੇਖ ਲਿਆ। ਕੋਈ ਸਾਲ ਬਾਅਦ ਥਿੱਤ ਸਪੈਸ਼ਲ ਮਨਾ ਲੈਣੀ, ਆ ਜਿਵੇਂ ਹੁਣੀ ਪਤਾ ਲੱਗਿਆ ਵੀ ਲੋਕ ਟੋਭੇ ਨੂੰ ਨਮਸਕਾਰਾਂ ਕਰੀ ਜਾਂਦੇ ਨੇ। ਲੈ ਸੋਚੋ, ਪੜ੍ਹੇ ਲਿਖੇ, ਨਾਲੇ ਆਮ ਅਨਪੜ੍ਹ ਨਹੀਂ, ਪੜ੍ਹੇ ਲਿਖੇ ਗੰਦੇ ਪਾਣੀ ਨੂੰ ਸਾਰੇ ਪਿੰਡ ਦਾ ਗੰਦ ਆ ਡੋਲੂ ਭਰ ਭਰ ਲਈ ਜਾਂਦੇ ਨੇ। ਲੈ
ਸੋਚ ਲਓ ਇਹ ਕਹਿੰਦੇ ਉਹ ਵੀ ਅਸੀਂ ਧਰਮੀ ਆ ਸੋਚੋ ਉਹ ਕਹਿੰਦੇ ਸਾਡੇ ਨਾਲ ਧਰਮੀ ਕੋਈ ਨਹੀਂ ਉਹ ਐਂ ਸੋਚਦੇ ਹੋਣਗੇ ਜਿਹੜੇ ਗੁਰਦੁਆਰੇ ਜਾਂਦੇ ਨੇ ਮੂਰਖੀ ਤੁਰੇ ਬੰਦੇ ਅਸੀਂ ਸਿਆਣੇ ਆ ਕਹਿਣੀ ਆ ਨਾ ਮਤਲਬ ਆਪਣੇ ਆਪ ਨੂੰ ਸੋਚਣਾ ਹੁਣ ਗੁਰੂ ਨੂੰ ਪੁੱਛੋ ਵੀ ਕੌਣ ਤੇਰੇ ਵਿੱਚ ਲੀਨ ਹੁੰਦਾ ਕਿਹਦੇ ਤੇ ਕਿਰਪਾ ਹੁੰਦੀ ਆ ਕੌਣ ਆ ਉਹ ਵਿਅਕਤੀ ਜਿਹੜਾ ਤੇਰੇ ਵਿੱਚ ਸਮਾ ਜਾਂਦਾ ਹੈ ਤੇਰੇ ਵਿੱਚ ਤੇ ਉਹਦੇ ਵਿੱਚ ਕੋਈ ਫਰਕ ਨਹੀਂ ਰਹਿੰਦਾ ਹੁਣ ਉਦਾਹਰਨ ਆਪਾਂ ਆਪਣੇ ਘਰ ਤੋਂ ਲਓ ਪਹਿਲਾਂ ਮੰਨ ਲਵੋ ਮਾਂ ਬਹੁਤ ਸਿਆਣੀ ਆ ਮੰਨ ਲਵੋ ਮਾਂ ਤੀ ਸਿਆਣੀ ਆ ਤੇ ਮਾਂ ਜਿੰਨੀ ਸਿਆਣੀ ਹੋਵੇ ਧੀ ਤੇ ਦੁਨੀਆ ਕਹਿੰਦੀ ਆ ਇਹ ਤਾਂ ਮਾਂ ਧੀ 'ਚ ਫਰਕ ਹੀ ਕੋਈ ਨਹੀਂ ਲੋਕ ਕਹਿੰਦੇ ਨੇ ਆਪਾਂ ਨਹੀਂ ਕਹਿੰਦੇ ਲੋਕ ਕਹਿੰਦੇ ਨੇ ਮਾਂ ਧੀ 'ਚ ਅੰਤਰ ਹੀ ਕੋਈ ਨਹੀਂ ਇਹ ਜਵਾਬ ਕਿਹਨੇ ਦਿੱਤਾ ਹੈਗਾ ਨਾ ਤਾਂ ਧੀ ਨੇ ਦਿੱਤਾ ਨਾ ਮਾਂ ਨੇ ਦਿੱਤਾ ਮਾਂ ਧੀ ਸਿਆਣੀ ਆ ਮਾਂ ਖੀਵੀ ਵਰਗੀ ਆ ਤੇ ਘਰ ਵਿੱਚ ਧੀ ਕਿਹੜੀ ਪੈਦਾ ਹੋਈ ਆ ਬੀਬੀ ਅਮਰੋ ਹੁਣ ਕਹਿ ਦੂ ਕੋਈ ਵੀ ਖੀਵੀ ਵਿੱਚ ਤੇ ਅਮਰੋ ਵਿੱਚ ਕੋਈ ਫਰਕ ਆ ਨਾ ਜਿਹੋ ਜਿਹੀ ਮਾਂ ਉਹੋ ਜਿਹੀ ਧੀ ਆ ਜਿਹੋ ਜਿਹਾ ਬਾਪ ਆ ਉਹੋ ਜਿਹਾ ਪੁੱਤ ਹੈਗਾ ਗੁਰੂ ਗੋਬਿੰਦ ਸਿੰਘ ਮਹਾਰਾਜ ਜਿਹੋ ਜਿਹਾ ਉਹੋ ਜਿਹਾ ਗੁਰੂ ਤੇਗ ਬਹਾਦਰ ਗੁਰੂ ਤੇਗ ਬਹਾਦਰ ਜਿਹੋ ਜਿਹਾ ਉਹੋ ਜਿਹਾ ਗੁਰੂ ਗੋਬਿੰਦ ਸਿੰਘ ਮਹਾਰਾਜ ਮਾਂ ਪੁੱਤ 'ਚ ਧੀ ਬਾਪ 'ਚ ਆਪਸ ਵਿੱਚ ਜੇ ਸੁਭਾਅ ਇੱਕ ਦੂਜੇ ਨਾਲ ਮਿਲਦਾ ਗਾ ਤਾਂ ਕੋਈ ਅੰਤਰ ਨਹੀਂ ਆਪਾਂ ਆਮ ਹੀ ਕਹਿ ਦਿੰਦੇ ਹਾਂ ਇਹਨਾਂ ਵਿੱਚ ਤਾਂ ਫਰਕ ਕੋਈ ਨਹੀਂ ਹੈ ਕੋਈ ਅੰਤਰ ਨਹੀਂ ਹੈ ਜਿੱਥੇ ਦੋਸਤਾਂ ਦੇ ਵਿੱਚ ਆਪਸ ਵਿੱਚ ਵਿਚਾਰਧਾਰਾ ਮਿਲ ਜੇ ਆਪਾਂ ਕਹਿੰਦੇ ਇਹ ਤਾਂ ਇੱਕ ਦੂਜੇ ਦੇ ਵਿੱਚ ਭਾਈ ਲੀਨ ਹੋ ਗਏ ਇਹਨਾਂ ਵਿੱਚ ਤਾਂ ਅੰਤਰ ਕੋਈ ਨਹੀਂ ਇਹ ਆਵਾਜ਼ ਇਹ ਬੋਲੀ ਇਹ ਸਾਡੀ ਆ ਤੇ ਹੁਣ ਗੁਰੂ ਨੇ ਸੇਮ ਇਹੀ ਗੱਲ ਕਹੀ ਆ ਰਹਾਉ ਦੇ ਵਿੱਚ ਕੀ ਕਿਹਾ ਹੈਗਾ ਪਾਤਸ਼ਾਹ ਜੀ ਕਹਿੰਦੇ ਨਾ ਸਤਿਗੁਰ ਕੀ ਜਿਸ ਨੂੰ ਮਤ ਆਵੇ ਜਿਹਨੂੰ ਗੁਰੂ ਦੀ ਮਤ ਆ ਜਾਵੇ ਇੱਕ ਤਾਂ ਆਪਣੀ ਮਤ ਹੁੰਦੀ ਆ ਆਪਣੀ ਮਤ ਤਾਂ ਸਾਨੂੰ ਗੰਦੇ ਪਾਣੀ ਤੋਂ ਤੋਰੀ ਫਿਰਦੀ ਆ ਆਪਣੀ ਮਤ ਤਾਂ ਤੋਰੀ ਫਿਰਦੀ ਆ ਨਾ ਆਪਣੀ ਮਤ ਤਾਂ ਸਾਨੂੰ ਪਤਾ ਨਹੀਂ ਕਿੱਥੇ ਕਿੱਥੇ ਤੋਰੀ ਫਿਰਦੀ ਆਪਣੀ ਮਤ ਆਪਣੀ ਮਤ ਸਾਨੂੰ ਕੀ ਕੁਛ ਕਰਨ ਦੇ ਲਈ ਮਜਬੂਰ ਕਰ ਰਹੀ ਆ ਆਪਣੀ ਮਤ ਪਰ ਗੁਰੂ ਦੀ ਮਤ ਦਾ ਜ਼ਿਕਰ ਕੀਤਾ ਤੇ ਸਤਿਗੁਰ ਕੀ ਜਿਸ ਨੂੰ ਮਤ ਆਵੇ ਜਿਹਨੂੰ ਗੁਰੂ ਦੀ ਮਤ ਆ ਗਈ ਸਤਿਗੁਰ ਕੀ ਜਿਸ ਨੂੰ ਮਤ ਆਵੇ ਫਿਰ ਕੀ ਲਿਖਿਆ ਸੋ ਸਤਿਗੁਰ ਮਾਹੀ ਸਮਾਨਾ ਸੋ ਉਹ ਸਤਿਗੁਰ ਗੁਰੂ ਵਿੱਚ ਸਮਾ ਜਾਂਦਾ ਹੈ ਉਹ ਮਨੁੱਖ ਵਿੱਚ ਤੇ ਗੁਰੂ ਵਿੱਚ ਅੰਤਰ ਕੋਈ ਨਹੀਂ ਰਹਿੰਦਾ ਭਾਈ ਉਸ ਮਨੁੱਖ ਵਿੱਚ ਤੇ ਗੁਰੂ ਵਿੱਚ ਭੇਦ ਕੋਈ ਨਹੀਂ ਰਹਿੰਦਾ ਗਾ ਆਪਸ ਵਿੱਚ ਫਰਕ ਕੋਈ ਨਹੀਂ ਹੈ ਹੁਣ ਚੇਤਾ ਰੱਖੋ ਗੁਰੂ ਸਾਹਿਬ ਨੇ ਕਿੰਨਾ ਸੋਹਣਾ ਫੈਸਲਾ ਜਿਹੜਾ ਉਹ ਸਾਡੀ ਝੋਲੀ ਵਿੱਚ ਪਾ ਦਿੱਤਾ ਪੁੱਤਰ ਜੀ ਜੇ ਤੂੰ ਉਸ ਪਰਮਾਤਮਾ ਵਿੱਚ ਲੀਨ ਹੋਣਾ ਨਾ ਤਾਂ ਗੁਰੂ ਦੀ ਮਤ ਅਪਣਾ ਲਾ ਗੁਰੂ ਦੀ ਮਤ ਗ੍ਰਹਿਣ ਕਰ ਲਾ ਗੁਰੂ ਦੀ ਮਤ ਧਾਰਨ ਕਰ ਲਾ ਜੇ ਤੂੰ ਜੱਜ ਬਣਨਾ ਨਾ ਵਕੀਲ ਬਣਨਾ ਤਾਂ ਜਿਹੜੇ ਪਹਿਲਾਂ ਜੱਜ ਵਕੀਲ ਨੇ ਉਹਨਾਂ ਦੇ ਜ਼ਿੰਦਗੀ ਦੇ ਤਜਰਬੇ ਬੁੱਕ ਦੇ ਵਿੱਚ ਨਾ ਕਿਤਾਬ ਦੇ ਵਿੱਚ ਲਿਖੇ ਹੋਏ ਨੇ ਉਹਨਾਂ ਸਾਰੇ ਤਜਰਬਿਆਂ ਨੂੰ ਆਪਣੇ ਦਿਮਾਗ ਵਿੱਚ ਸੇਵ ਕਰ ਲਾ ਤੂੰ ਵੀ ਉਸੇ ਪੋਸਟ 'ਤੇ ਜਾ ਬਣੇਗਾ ਅਤੇ ਹੁਣ ਗੁਰੂ ਕੀ ਕਹਿੰਦਾ ਵੀ ਜੇ ਤੂੰ ਭਾਈ ਪਰਮਾਤਮਾ ਵਿੱਚ ਲੀਨ ਹੋਣਾ ਨਾ ਜੋਤਾਂ ਲਾ ਕੇ ਨਾ ਧੁੱਫਾਂ ਲਾ ਕੇ ਨਾ ਕੁਝ ਹੋਰ ਰੰਗ ਢੰਗ ਕਰਕੇ ਕਿਸੇ ਤਰ੍ਹਾਂ ਦਾ ਵੀ ਮਨ ਮਤ ਦਾ ਪਖੰਡ ਕਰਕੇ ਪਰਮਾਤਮਾ ਵਿੱਚ ਲੀਨ ਨਹੀਂ ਹੋ ਸਕਦਾ ਉਦਾਹਰਣ ਸਾਡੇ ਕੋਲ ਜਿਉਂਦੀ ਜਾਗਦੀ ਮੌਕੇ 'ਤੇ ਪਈ ਆ ਕਿਹਦੀ ਜਿਹਦੀ ਬਾਣੀ ਆ ਉਹ ਕਹਿੰਦਾ 60 ਸਾਲ ਕੋਈ 2 ਸਾਲ ਕੋਈ 4 ਸਾਲ ਕੋਈ 5 ਸਾਲ ਦਾ ਤਜਰਬਾ ਨਹੀਂ 60 ਸਾਲ ਦਾ ਇੱਕ ਮਾਰਗ ਆ ਬਹੁਤ ਵੱਡਾ ਰਸਤਾ ਹੈਗਾ ਪੰਧ ਆ ਜਿਸ 60 ਸਾਲਾਂ ਦੇ ਵਿੱਚ ਕਹਿੰਦਾ ਡੱਕਾ ਹੀ ਨਹੀਂ ਮਿਲਿਆ ਹੈਗਾ ਕੋਈ ਥਾਂ ਨਹੀਂ ਛੱਡੀ ਕੋਈ ਵੀ ਥਾਂ ਛੱਡੀ ਨਹੀਂ ਦੂਜੇ ਪਾਤਸ਼ਾਹ ਉਹ ਕਹਿੰਦੇ ਸਾਡਾ ਵੀ ਇਹੀ ਹਾਲ ਆ ਪਰ ਜਦੋਂ ਘਰ ਦੇ ਵਿੱਚ ਨਾ ਵਾਹਿਗੁਰੂ ਦੀ ਕਿਰਪਾ ਸਦਕਾ ਸਿਆਣੀ ਧੀ ਆਈ ਆ ਨੂੰਹ ਦੇ ਰੂਪ ਵਿੱਚ ਤਾਂ ਉਹਨੇ ਗੁਰਬਾਣੀ ਦਾ ਜਾਪ ਕੀਤਾ ਗੁਰਬਾਣੀ ਪੜ੍ਹੀ ਤਾਂ ਉਸੇ ਦਿਨ ਤੋਂ ਸੁਰਤ ਦੀ ਅੱਖ ਜਾਗ ਪਈ ਇਹ ਨਹੀਂ ਹੈ ਵੀ ਗੁਰੂ ਨਾਨਕ ਸਾਹਿਬ ਬਾਰੇ ਗੁਰਬਾਣੀ ਬਾਰੇ ਤੀਜੇ ਪਾਤਸ਼ਾਹ ਜਾਣਦੇ ਨਹੀਂ ਜਾਣਦੇ ਸੀ ਪਰ ਅੱਜ ਸਪੈਸ਼ਲ ਤੌਰ 'ਤੇ ਧਿਆਨ ਗੁਰੂ ਦੀ ਬਾਣੀ ਵਿੱਚ ਵਾ ਗਿਆ ਫਿਰ ਕਿਹਾ ਗਾ ਹੁਣ ਮੇਰੇ ਤੇ ਧੀਆ ਧੀਏ ਕਿਰਪਾ ਕਰ ਜੀ ਦੀ ਬਾਣੀ ਤੂੰ ਪੜ੍ਹਦੀ ਨਾ ਉਹਦੇ ਕੋਲ ਮੈਨੂੰ ਲੈ ਚੱਲ ਬਸ ਸਨ ਦੇ ਵਿੱਚ ਵਿਚੋਲਾ ਕੌਣ ਬਣੀ ਆ ਆਪਣੇ ਬਾਪ ਦਾ ਵਿਚੋਲਾ ਇੱਕ ਨੂੰਹ ਦੀ ਬਣਦੀ ਆ ਸੋਚ ਕੇ ਦੇਖੋ
ਹੁਣ ਗੁਰਦੇਵ ਪਾਤਸ਼ਾਹ ਜੀ ਇੱਥੇ ਜ਼ਿਕਰ ਕੀ ਕਰਦੇ ਨੇ 60 ਸਾਲਾਂ ਦੇ ਵਿੱਚ ਭਾਈ ਮੈਂ ਕੁਛ ਨਹੀਂ ਕੱਟਿਆ, ਜੇ ਮੈਂ ਲੀਨ ਹੋਇਆ, ਜੇ ਮੈਨੂੰ ਰੱਬ ਦਾ ਰੂਪ ਮਿਲਿਆ, ਜੇ ਮੈਨੂੰ ਗੁਰੂ ਦਾ ਰੁਤਬਾ ਮਿਲਿਆ ਤਾਂ ਉਹ ਸਿਰਫ ਤੇ ਸਿਰਫ ਗੁਰੂ ਦੀ ਮੱਤ ਲੈ ਕੇ ਬਣਿਆ, ਗੁਰੂ ਦਾ ਉਪਦੇਸ਼ ਲੈ ਕੇ ਬਣਿਆ, ਗੁਰੂ ਤੋਂ ਸਿੱਖਿਆ ਲੈ ਕੇ ਮੈਂ ਗੁਰੂ ਬਣਿਆਗਾ। ਅਤੇ ਆਪਾਂ ਵੀ ਇਹੀ ਕੰਮ ਕਰਨਾ, ਗੁਰੂ ਦੀ ਮੱਤ ਜ਼ਰੂਰ ਧਾਰਨ ਕਰਨੀ, ਅਨਮਤ ਨਹੀਂ ਧਾਰਨ ਕਰਨੀ, ਗੁਰੂ ਦੀ ਮੱਤ ਧਾਰਨ ਕਰਨੀ ਆ। ਬਸ ਇਸ ਗੱਲ ਨੂੰ ਆਪਾਂ ਆਪਣੀ ਦਿਲ ਦੀ ਡੇਰੀ 'ਤੇ ਲਿਖਣਾ ਗਾ, ਗੁਰੂ ਦੀ ਮੱਤ ਲੈਣ ਵਾਲਾ ਬੰਦਾ ਗੁਰੂ ਵਿੱਚ ਲੀਨ ਹੋ ਜਾਂਦਾ ਹੈ, ਉਹਦੇ ਵਿੱਚ ਅਤੇ ਗੁਰੂ ਵਿੱਚ ਅੰਤਰ ਕੋਈ ਨਹੀਂ ਹੁੰਦਾ, ਗੁਰੂ ਵਿੱਚ ਅਤੇ ਗੁਰੂ ਦੇ ਸਿੱਖ ਵਿੱਚ ਫਰਕ ਕੋਈ ਨਹੀਂ ਹੁੰਦਾ। ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉੱਤਮ ਬਾਣੀ, ਸਾਰੀ ਭਾਈ ਉੱਤਮ ਬਾਣੀ ਨੂੰ ਗਾਉਂਦੇ ਆ ਪਰ ਗਾਵਿਆ ਸੁਣਿਆ ਤਿਨਕਾ ਹਰ ਥਾਂ ਪਾਵੇ, ਜੇ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਆਗਿਆ ਮੰਨਣ ਤੋਂ ਭਾਵ ਕੀ ਹੈ, ਇਹ ਨਹੀਂ ਵੀ ਸਾਰੇ ਕੰਮ ਹੀ ਕਰੀ ਜਾਣੇ ਹੈਗੇ, ਮੱਥਾ ਵੀ ਟੇਕੇ, ਟੋਭੇ 'ਤੇ ਵੀ ਜਾਏ, ਮਾਤਾ ਰਾਣੀ 'ਤੇ ਵੀ ਜਾਏ, ਹੋਰ ਜੰਡ ਕਬਰ 'ਤੇ ਵੀ ਜਾਏ, ਜਾਂਦੇ ਜਾਂਦੇ ਕਹਿੰਦੇ ਜਿੱਦਾਂ ਸਾਲ ਬਾਅਦ ਆਏ ਗੁਰਦੁਆਰੇ ਵੀ ਨਮਸਕਾਰ ਕਰ ਜਾਓ, ਦੋ ਦੋ ਕੰਮ ਆ ਨਾ, ਇਹ ਹੀ ਨਹੀਂ ਗਾ। ਗੁਰੂ ਸਾਹਿਬ ਕਹਿੰਦੇ ਇੱਕ ਸੁਹਾਗਣ ਵਰਗਾ ਜੀਵਨ ਹੋਵੇ, ਭਾਵ ਬਾਕੀ ਸਭ ਕੁਝ ਛੱਡ ਕੇ ਇੱਕ ਗੁਰੂ ਦੇ ਲੜ ਲੱਗ ਜਾ, ਇੱਥੇ ਹੀ ਸ਼ਾਂਤੀ ਸੁੱਖ ਆਨੰਦ ਹੈ। ਫਿਰ ਅੱਗੇ ਗੁਰੂ ਸਾਹਿਬ ਨੇ ਜ਼ਿਕਰ ਕੀ ਕੀਤਾ, ਇਹ ਬਾਣੀ ਪਹਿਲੀ ਪੰਕਤੀ ਯਾਦ ਰੱਖਿਓ, ਗੁਰਦੇਵ ਪਾਤਸ਼ਾਹ ਜੀ ਕਹਿੰਦੇ ਨੇ ਸਤਿਗੁਰ ਕੀ ਜਿਸ ਨੂੰ ਮਤ ਆਵੇ ਸੋ ਸਤਿਗੁਰ ਮਾਹੇ ਸਮਾਨਾ। ਫਿਰ ਜ਼ਿਕਰ ਕੀਤਾ ਇਹ ਬਾਣੀ ਜੋ ਜੀਓ ਜਾਣਾ, ਹੁਣ ਇਹ ਨਹੀਂ ਕਿਹਾ ਵੀ ਇਹ ਬਾਣੀ ਨੂੰ ਜੋ ਮੁੱਖ ਤੋਂ ਜਾਣਾ, ਇਹ ਬਾਣੀ ਜੋ ਜੀਓ ਜਾਣਾ, ਇਸ ਬਾਣੀ ਨੂੰ ਜਿਹੜਾ ਆਪਣੇ ਅੰਦਰੋਂ ਸਮਝੇ ਤੇ ਅੰਦਰੋਂ ਬੋਲੇ। ਇਹ ਕਿਸੇ ਕਿਸੇ ਅੰਦਰ ਗੁਲਾਬ ਦਾ ਫੁੱਲ ਕਹਿ ਲਓ, ਕਿਸੇ ਕਿਸੇ ਅੰਦਰ ਨਾ ਇਹ ਬੂਟਾ ਪੈਦਾ ਹੁੰਦਾ, ਕਿਸੇ ਕਿਸੇ ਅੰਦਰ, ਹਰੇਕ ਦੇ ਅੰਦਰ। ਉਹ ਆਪਾਂ ਪਿਛਲੇ ਦਿਨਾਂ ਸੁਣਿਆ ਸੀ ਨਾ ਵੀ ਗੁਰੂ ਸਾਹਿਬ ਨੇ ਸਰਦਈ ਤਿਆਰ ਕਰਵਾਈ ਹੈ ਅਤੇ ਭਾਂਡਿਆਂ 'ਚ ਵੀ ਪਾਤੀ, ਮੁੱਖ 'ਚ ਪਾਉਣ ਲਈ ਵੀ ਕਿਹਾ, ਪਰ ਕਹਿੰਦਾ ਅੰਦਰ ਨਹੀਂ ਲੰਘਾਉਣੀਗੀ, ਕੁਰਲੀਆਂ ਕਰਨੀਆਂ ਨੇ। ਹੁਣ ਇੰਨਾ ਸੋਹਣਾ ਪਦਾਰਥ ਬਣਿਆ, ਕੀਤੀਆਂ ਕੀ ਨੇ ਕੁਰਲੀਆਂ, ਬਾਅਦ 'ਚ ਪੁੱਛਿਆ ਕਿ ਸਵਾਦ, ਕਹਿੰਦੇ ਬਹੁਤ ਸੀ, ਰੱਜ ਗਏ, ਕਹਿੰਦੇ ਰੱਜੇ ਨਹੀਂ ਪਰ ਸਵਾਦ ਬਹੁਤ ਆ ਪਰ ਤ੍ਰਿਪਤ ਨਹੀਂ ਹੋਏ। ਸ਼ਾਇਦ ਸਾਡੀ ਦੁਨੀਆਂ ਦੀ ਕਹਾਣੀ ਵੀ ਇਹੀ ਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਬੜਾ ਵਧੀਆ ਪਵਿੱਤਰ ਰਸ ਹੈ, ਇਹ ਸਾਡੀ ਜ਼ੁਬਾਨ ਤੱਕ ਹੀ ਰਹਿ ਜਾਂਦਾ, ਹਿਰਦੇ ਤੱਕ ਨਹੀਂ ਪਹੁੰਚਦਾ। ਰੱਜਾਂਗੇ ਤਾਂ ਜੇ ਹਿਰਦੇ ਤੱਕ ਪਹੁੰਚੇਗਾ, ਜੇ ਹਿਰਦੇ ਤੱਕ ਨਹੀਂ ਪਹੁੰਚਿਆ ਫਿਰ ਰੱਜ ਨਹੀਂ ਆਵੇਗਾ। ਹੁਣ ਗੁਰੂ ਸਾਹਿਬ ਜੀ ਕਹਿੰਦੇ ਇਹ ਬਾਣੀ ਨੂੰ ਮੁੱਖ ਤੋਂ ਨਹੀਂ, ਇਸ ਬਾਣੀ ਨੂੰ ਨਾ ਹਿਰਦੇ 'ਚੋਂ ਗਾਉਣਾਗਾ। ਇਹ ਬਾਣੀ ਕੱਲੀ ਕੱਲੀ ਪੰਕਤੀ ਦੇ ਨਾ ਅੱਖਰ ਨੇ ਜਿਹੜੇ ਉਹ ਆਪਣੇ ਹਿਰਦੇ 'ਚ ਲੈ ਕੇ ਜਾਇਓ। ਇਹ ਬਾਣੀ ਜੋ ਜੀਓ ਜਾਣਾ, ਜਿਹੜਾ ਇਸ ਬਾਣੀ ਨੂੰ ਜਿੰਦ ਕਰਕੇ ਹਿਰਦੇ ਕਰਕੇ ਆਪਣੇ ਅੰਦਰੋਂ ਟਿਕਾਉਂਦਾ ਹੈ ਨਾ, ਤਿਸ ਅੰਤਰ ਰਵੇ ਹਰਨਾਮਾ, ਕਹਿੰਦੇ ਉਹਨਾਂ ਦੇ ਅੰਦਰ ਹਰੀ ਦਾ ਵਾਸਾ ਹੋ ਜਾਂਦਾ। ਭਾਈ ਆਪਾਂ ਕੱਲ ਵੀ ਸੁਣਿਆ ਸੀ ਨਾ, ਪਰਮਾਤਮਾ ਹਰ ਇੱਕ ਵਿੱਚ ਰਚਿਆ ਹੋਇਆ ਪਰ ਪ੍ਰਗਟ ਕਿਸੇ ਕਿਸੇ ਅੰਦਰ ਹੁੰਦਾ। ਉਹ ਪਰਮਾਤਮਾ ਹਰ ਇੱਕ ਦੇ ਵਿੱਚ ਹੈ ਪਰ ਜਿਹੜਾ ਜਿੰਦ ਕਰਕੇ ਬਾਣੀ ਨੂੰ ਸਮਝਦਾ, ਗੁਰੂ ਸਾਹਿਬ ਕਹਿੰਦੇ ਨਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਕੁਝ ਸਫਲਤਾ ਆਉਂਦੀ ਆ, ਉਹਨਾਂ ਦੀ ਜ਼ਿੰਦਗੀ ਵਿੱਚ ਤਰੱਕੀ ਆਉਂਦੀ ਆ। ਤਰੱਕੀ ਕਿਸ ਪੱਖ 'ਤੇ ਆ, ਇਹ ਨਹੀਂ ਵੀ ਨੋਟ ਟਰੱਕਾਂ ਦੇ ਇਕੱਠੇ ਹੋ ਜਾਣਗੇ, ਟਰੱਕਾਂ ਦੇ ਟਰੱਕ ਨੋਟਾਂ ਨਾਲ ਭਰ ਜਾਣਗੇ, ਇਹ ਨਹੀਂ ਹੈ। ਤਰੱਕੀ ਇਸ ਗੱਲ ਦੀ ਨਹੀਂ ਹੈ ਵੀ ਸਾਨੂੰ ਕੋਈ ਨਾ ਕੋਈ ਸਪੈਸ਼ਲ ਤੌਰ 'ਤੇ ਗਿਫਟ ਮਿਲ ਜੂਗਾ ਦੁਨੀਆਂ ਦੇ ਵਿੱਚ, ਕੋਈ ਲੱਖ ਦੋ ਲੱਖ ਵਾਲੀ, ਕਰੋੜ ਦੋ ਕਰੋੜ ਵਾਲੀ ਲਾਟਰੀ ਨਿਕਲੇਗੀ, ਇੱਦਾਂ ਦੀ ਗੱਲ ਨਹੀਂ ਹੈ। ਗੱਲ ਕੀ ਹੈ, ਤਰੱਕੀ ਕਿਸ ਗੱਲ 'ਚ ਆ, ਮਤਲਬ ਸਾਡਾ ਜੀਵਨ ਹੋਰਾਂ ਨਾਲੋਂ ਬਦਲ ਜਾਵੇਗਾ, ਆ ਇਸ ਗੱਲ 'ਚ ਤਰੱਕੀ ਆ। ਤਰੱਕੀ ਇਹ ਨਹੀਂ ਵੀ ਘਰ ਦੀ ਗਰੀਬੀ ਖਤਮ ਹੋ ਗਈ ਅਤੇ ਅਮੀਰੀ ਆ ਗਈ, ਨਾ ਨਾ ਨਾ, ਇਹ ਤਾਂ ਗੁਰਬਾਣੀ ਵਿੱਚ ਗਰੀਬ ਪਰਿਵਾਰ ਇੱਕ ਨਹੀਂ ਹਜ਼ਾਰਾਂ ਹੀ ਬੈਠੇ ਆ, ਸਾਡੇ ਇਤਿਹਾਸ ਵਿੱਚ ਗਰੀਬ ਪਰਿਵਾਰ ਇੱਕ ਨਹੀਂ ਹਜ਼ਾਰਾਂ ਹੀ ਬੈਠੇ ਨੇ, ਇੱਕ ਨਹੀਂ। ਫਿਰ ਉਹਨਾਂ ਨੇ ਤਾਂ ਕਦੇ ਤਰਲਾ ਕੀਤਾ ਹੀ ਨਹੀਂਗਾ ਵੀ ਸਾਡੀ ਗਰੀਬੀ ਘੱਟ ਦਿਓ, ਹਾਂ ਅੰਦਰੋਂ ਅਮੀਰ ਹੁੰਦੇ ਨੇ ਉਹ, ਇੰਨਾ ਜ਼ਰੂਰ ਫਰਕ ਆ। ਅਸੀਂ ਬਾਹਰੋਂ ਅਮੀਰ ਹਾਂ, ਅੰਦਰੋਂ ਗਰੀਬ ਹਾਂ, ਅਤੇ ਗੁਰੂ ਦਾ ਸਿੱਖ ਅੰਦਰੋਂ ਅਮੀਰ ਹੁੰਦਾ ਬਾਹਰੋਂ ਗਰੀਬ ਹੁੰਦਾ, ਫਰਕ ਪੈ ਗਿਆ। ਕਹਿੰਦੇ ਨਾ ਇੱਕ ਘਰ ਦੇ ਵਿੱਚ ਅੰਦਰੋਂ ਅਤੇ ਬਾਹਰੋਂ ਦੇ ਗਰੀਬ ਤੋਂ ਥੋੜ੍ਹਾ ਜਿਹਾ ਟੋਪਿਕ ਲੈ ਲਓ, ਛੋਟਾ ਜਿਹਾ,
ਕਹਿੰਦੇ ਆਪਣੀ ਧੀ ਦਾ ਰਿਸ਼ਤਾ ਪੱਕਾ ਕਰਨ ਦੇ ਲਈ ਵਿਚੋਲੇ ਦੇ ਨਾਲ ਚਲਿਆ ਗਿਆ। ਪੁੱਛਗਿੱਛ ਹੋ ਗਈ, ਕਹਿੰਦੇ ਕਿੰਨਾ ਵਾਹਨ ਆ, ਕੀ ਕੁਛ ਆ, ਕੀ ਗੱਲਬਾਤ ਆ। ਹੁਣ ਵਿਚੋਲੇ ਨੇ ਤਾਂ ਆਪਾਂ ਨੂੰ ਪਤਾ ਸਾਰਾ ਕੰਮ ਕਰਨਾ ਹੀ ਹੁੰਦਾ ਗਾ, ਦੱਸਤਾ ਚਲੋ ਸਭ ਕੁਛ। ਧੀ ਦੇ ਬਾਪ ਦੇ ਫਿੱਟ ਆ ਗਿਆ, ਕਹਿੰਦਾ ਜੀ ਮੈਂ ਆਪਣੀ ਧੀ ਦਾ ਰਿਸ਼ਤਾ ਕਰ ਦੇਵਾਂਗਾ ਅਤੇ ਸਾਡੇ ਵੱਲੋਂ ਓਕੇ ਆ ਕੰਮ। ਚਲੋ ਵਿਚੋਲੇ ਅੰਦਰ ਵੀ ਖੁਸ਼ੀ ਬਣ ਗਈ ਵੀ ਚਲੋ ਆਪਣਾ ਤਾਂ ਸੌਦਾ ਹੋ ਗਿਆ, ਆਪਾਂ ਨੂੰ ਵੀ ਕੁਛ ਨਾ ਕੁਛ ਬਣੂਗਾ ਨਾ। ਹੁਣ ਚਲੋ ਜਦੋਂ ਸਾਰੀਆਂ ਗੱਲਾਂ ਨਿਬੜ ਗਈਆਂ ਨਾ, ਕਲੀਅਰ ਹੋ ਗਿਆ, ਹੁਣ ਜਦੋਂ ਧੀ ਦਾ ਬਾਪ ਵਾਪਸ ਤੁਰਨ ਲੱਗਿਆ, ਪਹਿਲਾਂ ਨਹੀਂ ਗਾ ਭਾਈ ਵਾਪਸ ਤੁਰਨ ਲੱਗਿਆ ਨਾ ਘਰ ਦੇ ਵਿੱਚ, ਘਰ ਦੇ ਵਿੱਚ ਨਾ ਕਹਿੰਦੇ 2 ਰੁਪਏ ਕਿਲੋ ਵਾਲੀ ਕਣਕ ਦੇ ਗੱਟੇ ਪਏ, ਨਿਗਾਹ ਪੈ ਗਈ, ਉਹ ਸਾਹਮਣੇ ਪਏ ਨੇ 2 ਰੁਪਏ ਕਿਲੋ ਵਾਲੀ ਕਣਕ ਦੇ ਗੱਟੇ। ਤੁਰੇ ਜਾਂਦੇ ਨੂੰ ਵਿਚੋਲੇ ਨੂੰ ਪੁੱਛ ਲਿਆ, ਕਹਿੰਦਾ ਇੱਕ ਗੱਲ ਰਹਿ ਗਈ, ਬਾਕੀ ਤਾਂ ਸਾਰਾ ਕੁਛ ਠੀਕ ਹੋ ਗਿਆ, ਆਹ 2 ਰੁਪਈਏ ਵਾਲੇ ਕਣਕ ਦੀ ਜਿਹੜੀ ਮਿਲਦੀ ਹੈ ਨਾ ਕਿਲੋ ਵਾਲੀ, ਉਹ ਗੱਟੇ ਕਿਉਂ ਪਏ ਨੇ, ਇਹਦਾ ਕਾਰਨ ਕੀ ਆ, ਇਹਨਾਂ ਦੇ ਘਰ 'ਚ ਕਿਵੇਂ ਆ ਗਈ 2 ਰੁਪਈਏ ਕਿਲੋ ਵਾਲੀ ਕਣਕ ਇਹ। ਅਤੇ ਵਿਚੋਲੇ ਨੂੰ ਤਾਂ ਹੁਣ ਇੱਦਾਂ ਯਕੀਨ ਹੋ ਗਿਆ ਵੀ ਸਾ ਰਿਸ਼ਤਾ ਪੱਕਾ ਹੀ ਹੈਗਾ, ਅਤੇ ਥੋੜ੍ਹਾ ਜਿਹਾ ਇਉਂ ਕਹਿ ਲਓ ਹਵਾ ਦੇ ਵਿੱਚ ਆ ਕੇ ਥੋੜ੍ਹਾ ਜਿਹਾ ਨਾ ਹੋਸ਼ੇਪਣ 'ਚ ਆ ਕੇ ਦੱਸਣ ਲੱਗ ਗਿਆ। ਕਹਿੰਦਾ ਅਸਲ ਦੇ ਵਿੱਚ ਨਾ ਮੈਂ ਤੈਨੂੰ ਗੱਲ ਦੱਸ ਦਾਂਗਾ, ਇਹ ਤਾਂ ਜਿੱਥੇ ਜ਼ਮੀਨ ਬਹੁਤ ਆ, ਘਰ ਬਾਰ ਚੰਗਾ ਗਾ, ਤੈਨੂੰ ਸਾਰਾ ਕੁਛ ਵਧੀਆ ਲੱਗਿਆ ਨਾ। ਉਹ ਕਹਿੰਦਾ ਹਾਂ ਸਭ ਕੁਛ ਵਧੀਆ ਲੱਗਿਆ। ਕਹਿੰਦਾ ਉੱਥੇ ਨਾ ਇਹਨਾਂ ਦੀ ਸਿੱਧੀ ਸਰਪੰਚ ਨਾ ਬਣਦੇ, ਸਿੱਧੀ MLA ਨਾ ਬਣਦੀ ਆ। ਅੱਛਾ ਫਿਰ ਬਣਦੀ ਹੋਊ, ਚੰਗੀ ਗੱਲ ਆ, ਚਲੋ ਸਾਡੇ ਅੰਦਰ ਇਹ ਵੀ ਭਾਵਨਾ ਹੁੰਦੀ ਹੈ ਨਾ ਵੀ ਸਿੱਧੀ ਫਲਾਣੇ ਲੀਡਰ ਨਾਲ ਬਣਦੀ ਬਣਦੀ ਹੋਊ, ਚਲੋ ਫਿਰ ਬਸ ਜੇ ਬਣਦੀ ਹੈ ਤੈਨੂੰ ਪਤਾ ਹੀ ਹੈ 2 ਰੁਪਏ ਕਿਲੋ ਵਾਲੇ ਤਾਂ ਕਾਰਡ ਬਣੇ ਹੋਏ ਇਹਨਾਂ ਦੇ। ਉਹ ਕੁੜੀ ਦਾ ਬਾਪ ਹੈਰਾਨ, ਬੇਈਨੀ ਜ਼ਮੀਨ, ਐਡਾ ਵੱਡਾ ਘਰ ਬਾਰ, ਸਭ ਕੁਛ ਗੁਰੂ ਪਰਮਾਤਮਾ ਦਿੱਤਾ ਬਹੁਤ ਆ, ਪਰ ਆਹ ਕੀ ਸੱਪ ਨਿਕਲਿਆ। ਕਹਿੰਦਾ ਹੋਰ ਤਾਂ ਹੋਰ, 2 ਰੁਪਏ ਕਿਲੋ ਵਾਲੀ ਕਣਕ ਤਾਂ ਨੀਲਾ ਕਾਰਡ ਬਣਿਆ ਵਈ ਆ, ਉਹ ਤਾਂ ਬਣਿਆ ਹੀ ਵਈ ਆ, ਉਹ ਤਾਂ ਮਿਲਦੀ ਹੈ ਤੈਨੂੰ ਪਤਾ, ਉਹ ਪਈ ਆ ਬਰਾਂਡੇ 'ਚ ਦਿਸੀ ਜਾਂਦੀ ਹੈ ਨਾ। ਹੋਰ ਤਾਂ ਹੋਰ, ਉਮਰ ਦੇਖ ਮੁੰਡੇ ਦੇ ਬਾਪ ਦੀ ਅਜੇ ਨਾ 40-45 ਸਾਲ 'ਚ ਹੀ ਆ, ਅਤੇ 70 ਸਾਲਾਂ 'ਚ ਪਵਾ ਕੇ ਨਾ ਬੁਢੇਪਾ ਪੈਨਸ਼ਨ ਵੀ ਲੱਗੀ ਵੀ ਆ, ਨਾਲੇ ਮੁੰਡੇ ਦੀ ਮਾਂ ਦੀ ਅਤੇ ਨਾਲੇ ਮੁੰਡੇ ਦੇ ਪਿਓ ਦੀ, ਵਿਚੋਲਾ ਦੱਸਦਾ ਹੁਣ। ਤੀਜੀ ਗੱਲ ਨਾਲ ਲੱਗਦੀ, ਕਹਿੰਦਾ ਹੋਰ ਵੀ ਦੱਸ ਦੇ ਕੋਈ, ਹੋਰ ਤਾਂ ਹੋਰ ਆ, ਕਹਿੰਦਾ ਮੀਟਰ ਆ ਨਾ ਜਿਹੜਾ ਉਹ ਵੀ ACBC ਕੈਟਾਗਰੀ ਦਾ ਲੱਗਿਆ ਹੋਇਆ, ਫ੍ਰੀ ਵਾਲਾ, ਉਹ ਵੀ ਫ੍ਰੀ ਵਾਲਾ ਲੱਗਿਆ ਹੋਇਆ। ਇਹ ਲੀਡਰ ਨਾਲ ਬਣਨ ਕਰਕੇ ਨਾ, ਲੀਡਰਾਂ ਨਾਲ ਬਣਨ ਕਰਕੇ ਸਾਰੀਆਂ ਸਹੂਲਤਾਂ ਤਾਂ ਨੇ ਘਰ 'ਚ, ਕੁੜੀ ਐਸ਼ ਕਰੂ ਤੁਹਾਡੀ। ਕੁੜੀ ਦੇ ਬਾਪ ਨੇ ਹੱਥ ਬੰਨ ਲਏ, ਹੱਥ ਬੰਨ ਲਏ, ਕੀ ਕਹਿੰਦਾ, ਕਹਿੰਦਾ ਮੇਰੇ ਵੱਲੋਂ ਰਿਸ਼ਤਾ ਇਹ ਨਹੀਂ ਹੋਵੇਗਾ। ਵਿਚੋਲਾ ਕਹਿੰਦਾ ਕਮਾਲ ਦੀ ਗੱਲ ਆ, ਹੁਣ ਤੂੰ ਹਾਂ ਕਹੀ ਸੀ, ਹੁਣ ਨਾ ਕਹੀ ਜਾਂਦਾ। ਕੁੜੀ ਦੇ ਬਾਪ ਨੇ ਕੋਈ ਗੱਲ ਕਹੀ, ਜਿਹੜਾ ਢਿੱਡ ਦਾ ਭੁੱਖਾ ਨਾ ਉਹ ਰੱਜ ਜਾਂਦਾ ਹੁੰਦਾ, ਜਿਹੜਾ ਘਰ ਦਾ ਗਰੀਬ ਆ ਨਾ ਉਹ ਅਮੀਰ ਹੋ ਜਾਂਦਾ ਹੁੰਦਾ, ਪਰ ਜਿਹੜਾ ਨਾ ਦਿਲ ਦਾ ਗਰੀਬ ਹੋਵੇ, ਅੰਦਰ ਦਾ ਗਰੀਬ ਹੋਵੇ, ਜਿਹਦੀ ਨੀਅਤ ਗਰੀਬ ਹੋਵੇ, ਉਹ ਕਦੇ ਰੱਜਦਾ ਨਹੀਂ ਹੁੰਦਾ ਗਾ। ਇਹਨਾਂ ਕੋਲ ਸਭ ਕੁਝ ਹੁੰਦਿਆਂ ਹੋਇਆਂ ਵੀ ਇਹ ਬੰਦੇ ਉਹ ਨੇ ਜਿਹਨਾਂ ਨੂੰ ਆਪਾਂ ਕਹਿੰਦੇ ਨੀਤ ਕਰਕੇ ਮਾੜੇ ਨੇ, ਇਹ ਗਿਰੀ ਨੀਤ ਵਾਲਿਆਂ ਦੇ ਘਰੇ ਮੈਂ ਆਪਣੀ ਧੀ ਨਹੀਂ ਵਿਆਹੁੰਦਾ ਗਾ। ਜਿਹੜੇ ਕਿਸੇ ਦੀਆਂ ਜੁੰਟਾਂ ਖਾਈ ਜਾਂਦੇ, ਇਹੀ ਮੀਟਰ ਕਿਸੇ ਗਰੀਬ ਦੇ ਘਰੇ ਲੱਗੇ, ਕਿਸੇ ਦੀ ਕਣਕ ਖਾਈ ਜਾਂਦੇ 2 ਰੁਪਏ ਕਿਲੋ, ਅਤੇ ਕਿਸੇ ਦੀ ਕਣਕ ਮੀਟਰ ਖਾਣ ਦੇ ਨਾਲ ਨਾਲ ਪੈਨਸ਼ਨਾਂ ਵੀ ਖਾਈ ਜਾਂਦੇ ਨੇਗੇ। ਇਹ ਕੰਮ ਮੈਂ ਨਹੀਂ ਕਰਦਾ, ਮੈਂ ਆਪਣੀ ਧੀ ਦਾ ਰਿਸ਼ਤਾ ਇਸ ਘਰ ਵਿੱਚ ਨਹੀਂ ਕਰਾਂਗਾ, ਕਿਉਂਕਿ ਇਹ ਨੀਅਤ ਕਰਕੇ ਮਾੜੇ ਲੋਕ ਨੇ, ਇਹਨਾਂ ਦੇ ਘਰੇ ਨਹੀਂ ਕਰਾਂਗਾ। ਇੱਥੇ ਗੱਲ ਕੀ ਸੀ, ਗੁਰੂ ਕਹਿੰਦਾ ਵੀ ਗੁਰੂ ਦੇ ਸਿੱਖ ਨਾ ਦਿਲ ਕਰਕੇ ਅਮੀਰ ਹੁੰਦੇ ਨੇ, ਅਤੇ ਭਾਵੇਂ ਸਰੀਰ ਕਰਕੇ ਗਰੀਬ ਹੀ ਹੋਣ। ਅਤੇ ਦੁਨੀਆਂ ਦੇ ਵਿੱਚ ਉਹ ਲੋਕ ਵੀ ਤੁਸੀਂ ਵੇਖੇ ਆ ਕਿਹੜੇ, ਜਿਹੜੇ ਸਰੀਰ ਕਰਕੇ ਬਹੁਤ ਅਮੀਰ ਨੇ ਪਰ ਦਿਲ ਕਰਕੇ ਅਤੇ ਗਰੀਬ ਹੁੰਦੇ ਨੇ। ਅਤੇ ਗੁਰੂ ਦਿਲ ਦੀ ਅਮੀਰੀ ਦਿੰਦਾ, ਅੰਦਰ ਦੀ ਅਮੀਰੀ ਦਿੰਦਾ, ਗੁਰੂ ਗੁਣਾਂ ਦੀ ਬਖਸ਼ਿਸ਼ ਕਰਦਾ ਹੈ। ਤਾਂ ਹੀ ਉੱਥੇ ਪਾਤਸ਼ਾਹ ਨੇ ਲਿਖਿਆ, ਇਹ ਬਾਣੀ ਜੋ ਜੀਓ ਜਾਣਾ, ਇਸ ਬਾਣੀ ਨੂੰ ਜਿਹੜਾ ਜਿੰਦ ਤੋਂ ਜਾਣ ਲੈਂਦਾ ਨਾ, ਉਹ ਫਿਰ ਅਜਿਹੇ ਕਰਮ ਨਹੀਂ ਕਰਦਾ, ਉਹ ਸਦਾ ਵਾਸਤੇ ਆਪਣੀ ਜ਼ਿੰਦਗੀ 'ਚ ਤਰੱਕੀ ਖੱਟਦਾ, ਉਹ ਕਦੇ ਦਿਲ ਕਰਕੇ ਨੀਤ ਦਾ ਮਾੜਾ ਨਹੀਂ ਹੁੰਦਾ ਗਾ, ਉਹ ਦਿਲ ਕਰਕੇ ਅਮੀਰ ਹੋ ਜਾਂਦਾ, ਉਹਦੀ ਜ਼ਿੰਦਗੀ 'ਚ ਖੁਸ਼ਹਾਲੀ ਆ ਜਾਂਦੀ ਆ।
फिर अगे गुरु पातशाह जी कहिंदे ने अंतर रवै हरनामा रहाओ। हुण रहाओ दे बंद वे सानू दो पक्ष दे दित्ते। गुरु साहब ने एक तां बाणी नूं जिंद तों जाण रज जावेगा ते दूजा परमात्मा विच लीन होना है तां तू आ कम कर किहड़ा गुरु की मत लै। सतगुर की मत जिसनू आवे सो सतगुर माहे समाना। तू गुरु की मत लैके गुरु विच एकमिक होण दा जतन कर। मतलब दुनिया एकमिक होण दा कुछ होर राज लभी बैठी आ, असी कुछ गुरु की मत लैके होर राज लभ्यागा। ते गुरु पातशाह अंदर दे गरीब नू नहीं अंदर दे अमीर नू बख्शिश करदे ने, ते दुनिया दे लोक बाहर दे गरीब नू छड्ड दिंदे ने ते बाहर दे अमीर नू सलाउंदे ने, उहदी बड़ाई करदे ने। रहाओ अगे फिर पातशाह जिक्र करदे ने पूरा थाट बनाया पूरा वेखो एक समाना। पूरे परमात्मा ने थाट बनाया, उस वाहिगुरु जी ने की बनाया गा, पूरे गुरु ने थाट बनाया उत्तम जुगती नाल तरीके दे नाल पूरे संसार नू बनाया गा। फिर की आ पूरा वेखो एक समाना, पूरे संसार विच निगाह मार के वेख सारयां दे विच एक परमात्मा समाया होया। उस परमात्मा दे विच असी अपने आप नू लीन करना है। इस परपंच में साचे नाम की वडाई मत को धरो गवाना। ये परपंच पंज तत्तां दा बनिया होया संसार, इस परपंच विच पंज तत्तां दे बने हुए संसार दे विच एक नाम दी ही वडाई है। फिर मैं दोबारा इस गल नूं बोलां रिपीट करां, पूरे संसार दे विच पंज तत्तां दे बने हुए पूरे संसार च ना एक परमेश्वर परमात्मा दे नाम दी शोभा। इस जग में शोभा नाम की, नाम में ना शोभ ना होए। इस जग दे विच ना शोभा उस परमात्मा दे नाम दी आ, उहदे नाम तो बिना होर किसी दी शोभा नहीं है। बाणी च लिखिया ना जिहवा जपै ना नाम। जे बंदिया तेरी जीव ना वह परमेश्वर परमात्मा दा नाम नहीं जपदी। जिहवा जपै ना नाम, तां अगे की लिखिया गा तिल तिल कट्टी है, इहदा टुकड़ा टुकड़ा कर दे जी नाम नहीं जपदी। नाम घट जपदी आ, गल्लां वध मारदी आ, वह भी गल्लां वह मारदी आ जिन्हां गल्लां च कोई दम नहीं कोई रस नहीं। चलो गुरु ज्ञान की गल करे ना शाबाशे दी पात्रा बधाई दे पात्रा, जे गुरु की गल करे गुरु तो मत लवे, पर गुरु की मत नहीं, यह गुरु का नाम नहीं जपदी। चंद्री गाणी गाँदी आ सारा दा दिन ना बंदा गुण गुण करी जाऊगा पर वाहिगुरु नहीं कहिंदा गा। पर प्यार वालों मैं एक बेनती जरूर करांगा विचो रुक के सुबह ना रोजाना सिमरन दी दात गुरु तो मंगो। अद्धा घंटा 20 मिनट जिन्ना टाइम भी मिलता गा, इशनान पानी सोधने है ना उदों भी अपनी जुबान च वाहिगुरु का जाप होवे। इशनान पानी करके नितनेम तो पहला अद्धा घंटा 20 मिनट जरूर सिमरन नितनेम, फिर गुरु की मत गुरु की क्लास में आना। अपना ये रोज का कर्म हो फिर बख्शिश होंगी है उस गुरु की उस परमात्मा की। एक बार जरूर अजमा के वेखियो गुरु की सेवा में भी बहुत वड्डी कला गई। आपां नूं पता ना अपने दूर नहीं नेड़ला पिंडी आ भाई रूपा, जो कि भाई रूप चंद जी दे पुत्र सन, भाई परम सिंह ते भाई धर्म सिंह, उन्हां दी सेवा कहिंदे उह रोजाना गुरु गोबिंद सिंह महाराज जी नूं ना नवां पलंग पा के बना के उहदे ते सवाउंदे सन। ते गुरु गोबिंद सिंह महाराज जी दा पलंग उस पिंड विच पिया भी है एक, रोजाना तैयार कर दिंदे सुबह तक शाम तक मेरे गुरु ने ते आसन लाउणा अपना। एडी शरदा गई काश कदे साडे अंदर भी शरदा आ जावे, साडे अंदर भी भावना बन जावे, साडे अंदर भी गुरु दे प्रथाए वह पुरातन गुरसिखां वर्गा प्यार बन जावे, फिर जिंदगी दा रंग होर होवेगा। ताइयों इत्थे गुरु साहब ने कहा तेरे अंदर भी उस गुरु दे प्रथाए नाम जपण दी इच्छा होवे। नाम तो बिना साडा संसार अधूरा है। अज दा हुक्मनामा साहब भी आया, तुसी बोर्ड ते पढ़ के भी आए हो, बाणी विच की लिखिया अज दे हुक्मनामे विच की लिखिया गा सिमरत वेद पुराण पुकारण पोथियां सारे ही धर्म ग्रंथ कह रहे ने की कहिंदे ने नाम बिना सब कूड़ गाली होछियां।
नाम तो बिना सब कुछ कूड़ है। नाम तो बिना जो मर्जी करता रहे सब कुछ कूड़ा। नाम जपण दे अहर जरूर लागे। तो दूजा पक्ष यह कल्ला नाम ते भी नहीं खड़ना, ज्ञान भी होना जरूरी है। फिर पाशा जिक्र करते ने इस परपंच में साचे नाम की बड़ियाई, मत को धरो गुमाना। अपने अंदर मता गुमान हंकार की भावना लेके जिंदगी ज्यो। हंकार नहीं इथे निम्रता, हंकार नहीं इथे सिखां दा मन नीवा। मत उची वाला पॉइंट अपना। फिर पाशा के चौ जुगां का हुण नवेड़ा, नर मनुखां को एक नदाना। जत संजम तीर्थ उन्हां जुगां का धर्म है, कल मैं कीरत हरनामा। सारे जुगां दा नवेड़ा हुण इथे आ। सारे जुगां तो भाव इथे की लैणा आपां। तो जो जुगां की गल आ वाहगुरु भला करे, उदा साढ़े संसार का एक मिथ्या होया ना धरिया वै जुगां का। सतयुग, त्रेत्या, द्वापर, कलयुग, चार युग मनाए हुए ने। उदा नाम दुनिया ने नाम दिता वे, ये परमात्मा ने नाम नहीं दिता। सतयुग, द्वापर युग, त्रेत्या युग, कलयुग। इत्थे चलो गुरु साहब तो आप पुछिए भी वह युगों की शायद गल नहीं। इत्थे गल की आ साडे शरीर दे विच, आ मनुखा दे विच आउण तो पहला असी कई युगों के विचों दी लंघ के आए। वह युग कि सन उत्थे शरीरां दी गल कीती आ। आ शरीर बंदे दी देह विच आउण तो पहला ना असी कुत्ते भी हो सकते हैं, कोई पता नहीं गा। कां, सप, सलूणियां भी हो सकते हैं, कुछ भी हो सकते हैं, कीड़ी, हाथी, कुछ भी हो सकते हैं। शरीर छड्डण तो बाद उही कुछ फिर तैयार आ। शरीर छड्डण तो बाद जिंद तां साडी पिछे तो तुरी आउंदी आ ना, जिंद तां आ रही आ, शरीर बदल जांदा। हुण की पता, माफ करना सच्ची जी गल कर लगे इक, जे साडा जी हुण टोभे च वड़न नूं की करदा ना, की पता फिर आउण वाली जूनी वाहिगुरु सानूं तैयार कर ही सकता ना। भी चलो कोई ना, तेरा चित मानदा भी गंदे पानी च नक्कड़ बोना गा, आ जा फिर गंदे पानी च डड्डा मछियां रहिंदियां ने, गंदे पानी च तो गंदे किरमी रहिंदे आ, आ जा फिर तेनूं आ पसंद आ, तां ही कर लैणे काम आपां। ते जे आपां गुरु दी सत संगत च आउने आ, सत संगत विच कौण आउंदा, हंस आउंदे आ। पुत तू इत्थे आउणा गा, आ फिर तेनूं मनुखा दे दुबारा फिर मिल जू, तू हंस बन के रह। ते हंस दी दे मनुखा दे दा संकेत आ, तेनू दुबारा फिर गुरमुख बना देना। मतलब कहण तो भाव अनेकां जुगां विचों दी, अनेकां जूनां विचों दी लंघदे लंघदे आ शरीर च आए आ। इह शरीर नूं छड्डण तो बाद अनेकां जूनां होर तैयार नहीं गईआं। फिर गुरु साहब जी कहिंदे आ मनुखा देह नाल ही हुण नवेड़ा होना गा। यह नवेड़ा किवें होना, थोड़ा जिहा प्यार बना अपने अंदर। साडे अंदर की बने, थोड़ा जिहा प्यार। वह कैसा बने, एक गुरमुख रूह आ, एक बड़ी अति पवित्र रूह आ, जिहड़ी रूह रोज की दिहाड़ी करदी आ, मजदूरी करदी आ, मेहनत करदी आ, अंदर ही अंदर उस वाहिगुरु परमेश्वर परमात्मा का शुक्र भी करती है, दसवें पातशाह नूं बड़ा प्यार भी करती है। ते अज एक वक्त आया उस परमेश्वर परमात्मा दे नाल ध्यान जुड़ गया, परमेश्वर परमात्मा दे नाल ध्यान जुड़ गया। इन्ना को ध्यान जुड़िया भी अपनी रोज की क्रिया जो कर्म करता मजदूरी करता उते जान वनियो लेट हो गया। दिन चढ़ गया, होश आई वो मना, सारी रात ते अमृत वेले का वक्त तू सच्चे गुरु नूं याद करदियां करदियां बतीत कर दिता। शायद तैनू किसी ने आवाज नहीं मारी, चलो कोई गल नहीं, तू लेट हो गया। जो भोजन प्रशादा तैयार है पौने विच लपेटिया, उठ के चल पिया। ते फिर भी ध्यान आ जिहड़ा वह उस अकाल पुरख वाहिगुरु गुरु नाल जुड़िया होया। सारे वेख के हसदे ने, लै आ गया, इन्ना लेट हो गया, असी तां दो दो गेड़े लाते हुण, ये कौन आगा, ये मलाह, इहदे कोले वेड़ी आ, एक कंडे हो दूजे कंडे मुसाफरां नूं लिजाण दा काम करदे आ। जिवें अज दे समें च इहदे कोले कोई रिक्शा गा, कोई आटो आ, भाव एक जगह तो दूजी जगह तो, एक बाजार चो दूजे बाजार च लिजाण दा काम करीदा, एक नदी दे कंडे तो दूजी नदी दे भाव दूजे बन्ने कंडे ते जाण दा काम करदा, मजदूरी करदा। सारे मजाक भी करदे ने,
की गल अज लेट हो गया उठा नहीं गया इदा दिन टीचर करते हैं कहना नहीं ना ही कोई इदा की भावना बस एको ही भावना अज मेरा ध्यान दशमेश पिता के चरणों में जुड़ गया प्यार दे विच ना मेरे मालक दे गीत गाने शुरू कर दिते मैनूं पता नहीं लग्या गा ते अगों की कहा कहिंदे लै आ गया बड़ा दशमेश पिता नूं मिलण वाला दशमेश पिता तां तेरे नंग कोले आऊगा भावना बन गई ना दशमेश पिता तां तेरे कोले आऊगा करनी दिहाड़ी ते सुपने होर ही लैणे आ ते पर ये सच जाणो ये सच्ची याद विच जुड़िया होया जीव आ जिहदा नवां भाई सैदा जी ते जो इदां दी गल कही ना नालदिया ने अपनी बेड़ी नूं साफ कीता चप्पू मारिया विच बैठा ते की कहिंदा सच्चे पातशाह मैं सुनिया तू गरीबां नूं नवाजण वाला मैं सुनिया तू कदे भाई लालो दे घरे भी गया सी मैं सुनिया तू एक दे नहीं तू भाई मरदाना जी वर्गे जो साढ़े परिवार विचों नहीं ये भी मरदाना जी दे परिवार विचों ही सैद खां भाई सैदा नूं इतिहास लिखदा गा मुसलमान भरा गा मैं सुनिया तू गरीबां नूं नवाजण वाला पर अज मन्नागा तां जे तू गरीब नूं सचमुच नवाज देवे जिन्हां ने मैनूं टिचरां कीतियां ना कर रहे ने सच्चे पातशाह मैनूं गुस्सा कोई नहीं गिला कोई नहीं शिकवा कोई नहीं पर जे तैनूं लोक गरीब नवाज कहिंदे आ ना तां मेरी बेनती आ अज मेरी बेड़ी विच आके बैठ जा मैं उड़ीक करांगा तेरी अज मैं किसी मुसाफर नूं नहीं चढ़ावांगा याद विच जुड़ गया आनंदपुर साहब दा नक्शा बना के अपनी बेड़ी नूं साफ कर रहा गा साफ कर रहा गा अंदर सीन बनिया गा भी मैं आनंदपुर साहब के दरबार में जिथे गुरु का आसन लगता ना वो आसन साफ कर रहा गा अंदरों ध्यान उत्थे जुड़िया हुआ गा क्यों क्योंकि अज मेरी बेड़ी में ना इन्ना यकीन बन गया गुरु ने आना अज मेरी बेड़ी च आना गुरु ने देखो ना कोई सुनेहा ना कोई चिट्ठी ना कोई किसी तरह का होर साधन भी गुरु साहब नूं पहला दिन थित मिनी हो मिथी हो इस दिन मैं आवांगा पर गुरु दे सिख ने जमुना दे कंढे ते सुभाव की आवाज मारती कहिंदा आ जा पर अंदर प्यार हैगा ते अपनी गल की सी भी साढ़े अंदर भी कदे काश इन्ना प्यार गुरु दे प्रथाए बणदे हुण चेता रखियो गुरु दे सिख ने गुरु नूं अंदरों अंदरी प्यार विच भिज के याद करना शुरू किया ते इधरों दशमेश पिता भी भाई दया सिंह होरां दे नाल उसे नदी दे कंडे ते आ बणे भाई सैदा याद भी कर रहा गा ते नाल बेड़ी ते कपड़ा भी मार रहा गा ते देखण वाले अजे भी हस रहे ने मुसाफर कोई चढ़ाया नहीं ऊई कपड़े मारी जांदा टुट्टी जी बेड़ी च किहड़ा चढ़ू किहड़ा उतरू इह च कोई नहीं चढ़दा गा पर इधरों ध्यान गुरु नाल जुड़िया होया ध्यान गुरु नाल जुड़न करके लीन आ किसी की परवाह नहीं कर रहा प्रभु को सिमरै बेमोहताजी प्रभु परमात्मा नूं सिमरन वाले बेमोहताज हो जाते ने उन्हां दी जिंदगी दी अवस्था बदल जाती है वह लोग लज्ज नूं नहीं मानते गे माड़ा काम करन तों तां झिझकदे आ ना पर गुरु नाल जुड़न करके सतसंगत करन करके नाम जपन करके बाणी पढ़न करके नहीं सोचते मैनूं लोग की कहणगे अज साडा इह सुभा है गुरद्वारे वगे की कहणगे छप्पड़ ते जांदिआं नूं गंदे पाणी च मत्था मारदिआं नूं संग नहीं लगदी की बड़े चाअ दे नाल आउंदे आ ते पर गुरु कोले आउण वेले कहिंदे लोग की कहणगे जे कह दईए भाई हफ्तावारी क्लास लगदी है सहज पढ़दी आ जिओ कहिंदे लोग की कहणगे अच्छा ये भी सोचो ना भी आप जो मड़िया मसाणा कवरां टोभियां ते जाने उदों की लोग कहणगे हुण कहड़ा लोग कुछ कहिंदे नहीं कही जांदे स्पीकर च बोली जांदे आ चलो चंगा लगे ठीक है ना चंगा लगे छड़ दिओ पर गुरु कोले आउण तों संगणा नहीं चाहीदा गुरु की बाणी पढ़न तो झिझकना नहीं चाहिए गा वह भी रब्बी प्यारे ने जेड़े कि गुरु नूं याद कर रहे हैं तो गुरु सन्मुख आके ना आवाज मारदा सैदिया बेड़ी लेके आ ते आ असी तैयार हाँ तेरी बेड़ी विच बैठ के इधरले बन्नों दूजे बन्ने जाना अज इधरले कंडे तो ना दूजे कंडे ते जाना आ सैदिया
जो सैदे ने पिछा मुड़ के तकिया भी है गुरु तो सचमुच आ गया, गुरु तो सची मिच ही आ गया ना। बड़े प्यार दे नाल चप्पू मारिया ते गुरु कोले बेड़ी ले आया। पता ही लग्या कदों गुरु बेड़ी दे विच सवार हो गया, कदों गुरु बेड़ी दे विच सवार हो गया। नाल बड़े प्यार दे विच रंग रतड़े गुरसिख भी ने। भावना की आ होरां दी, अज आप भी डुबू ते चढ़ाई भी बहुतियां नूं जांदा ते नाल गुरु नूं भी डुबूगा। कमला ही है ना भाई सैदे नूं दुनिया की कहिंदी है, नाल दे मलाक ही कहिंदे आ, कमला ही है ना। पर सुबह तो लेके सारा दुपहरा शाम हो गई गुरु कहिंदा कंडे ते लाह ते कहिंदा फिर मौका नहीं मिलना दोबारा बेड़ी च बैठे भावे ना बैठे, पर अज मैं आनंद दे विच तैनू सनमुख बैठ के तक भी रहा, दीदार भी कर रहा ते तेरा जाप भी कर रहा। मैं हुण तैनू उदों उतारांगा जदों मेरा चित मन्निया, जदों मेरा चित मन्निया भी हुण गुरु पातशाह नू दूसरे कंडे ला। शाम होई एक कंडे तो दूसरे कंडे ते गुरु साहब नू लाया ते गुरु साहब उतरदे ने ते गल्लां करदे ने। की गल्लां करदे ने भाई दया सिंघा, इहदा रोज दा कर्म आ मजदूरी करनी मेहनत करनी ते गुरु दा सिख ते गुरु कदे किसी दी मेहनत नहीं रखदा। ये गल जरूर आप बहुत वारी कीती आ, वार वार फिर भी करदे आ, कदे भी किसी मजदूरी करन वाले दा पैसा ना रखो ते उहदे प्रथाए गुरु पातशाह दे बहुत वड्डे वड्डे उलंभे ने, बस इन्ने काफ़ी आ। वो तुसीं जानदे हो सारा किवें गुरु साहब ने कहा गा हक पराया नानका उस सूअर उस गाय गुर पीर हमां तां भरे जां मुरदार ना खाए वर्गे बाक कहे ने। किसी का हक खाणा, किसी का हक खाणा, वह किसी भी हिसाब से आ, चाहे वह चाहे 2 रुपये किलो वाली कणक के हिसाब से आ, चाहे बिजली के हिसाब से आ, चाहे वह किसी भी रूप च आ, चाहे उदा सीधा तौर पर डायरैक्ट कोई घर के काम करता मेहनत करता मजदूरी करता, पर हक ना खाओ। गुरु कहिंदा इहदा हक दे, हक की हैगा इहने सानू एक कंडे तो दूजे कंडे ते लाया, हक इह है ना। ते भाई दया सिंघां नू कुछ टके कुछ मोहरां दे, क्यों? क्योंकि अज इहने होर मजदूरी ही कीती, केवल आपां नू ही सफर करायागा। ते सैदे ने मना कर दिता, कहिंदा सच्चे पातशाह मैं मजदूरी नहीं लैणी, मैं किराया नहीं लैणा गा। क्यों नहीं लैणा गा? पातशाह कहिंदे क्यों नहीं लैणा? ते फिर सैदे ने गल कही, कहिंदा सच्चे पातशाह ये मेरी नहीं, ये दुनिया की एक खेड आ। कि दुनिया की खेड ये आ, मलाह मलाह की बेड़ी च बैठे ते कदे मलाह ना मलाह तो किराया नहीं लैंदा गा। अज भी रीत आ डरैवर डरैवर की गड्डी च बह जाए, मान लो जिहड़े कंडक्टर डरैवर ने बसां चढ़ के जांदे ने उधर उधर ही, वो एक दूजे नूं किराया नहीं दिंदे गे। भी अपना स्टाफ मैंबर आ गा इसे करके है ना, नहीं भाई किराया ना लेना ना देना कोई गल नहीं, ताकि सफर कर लिया तू भी साडा भरा। डरैवर डरैवर तो पातशाह जो वहीकल से चढ़ता ना गड्डी चढ़ता तो कोई किराया नहीं लैंदा गा। मैं भी मिला ते तू भी मिला ते अपना वचन की सी अज दा, सतगुर की जिसनों मत आवे सो सतगुर माही समाना। जेड़ा गुरु की मत ग्रहण कर लवे ते गुरु बिचों लीन हो जाता। हुण कित्थे भाई सैदा रुखे भोजन छकण वाला, अपनी निगाह नाल देखो आप एक बारी, फिर आप गुरु की मत नाल वेखांगे, गुरु की निगाह नाल वेखांगे कित्थे भाई सैदा ते कित्थे सहनशाह मेरा पिता गुरु गोबिंद सिंह महाराज। पर लफज की वरते आ, मैं भी मिला ते तू भी मिला। जिवें आपां आमी कह दिंदे आ जहाज चलाउण वाला साडे पिंड दा साडे इलाके दा हीरो हो सकदा, हीरो हो सकदा ना, पर इक रिक्शा चलाउण वाला की कहूगा? कोई गल नहीं, मैं भी ड्राइवर हाँ तो जहाज चलाने वाला भी ड्राइवर हाँ, फर्क कोई नहीं, फर्क इन्ना ही है। मैं धरती से फिरदा तो वह उपर फिरदा, फर्क इन्नी है दोनों ड्राइवर हाँ दोनों ड्राइवर आगे फर्क कोई नहीं है। पर दुनिया दी कहिंदी नहीं सरदारां दा काका तां पायलट आ, भाई उहनूं पायलट कहा अंग्रेजी दा लफज, भाव है ड्राइवर, वह भी ड्राइवरी करता तनखाह लैंदा, एक रिक्शा चलाउण वाला गड्डी चलाउण वाला भी ड्राइवरी करता, फर्क तां कोई नहीं ना। हुण एक तां गुरु आ ते एक भाई सैदा, सैदा कहिंदा सच्चे पातशाह तू भी मिला ते मैं भी मिला, भाव तू भी ड्राइवर ते मैं भी ड्राइवर। नाल दे गुरसिख कहिंदे सैदिया कुछ गलत ना बोल देवी,
कुछ अपने अंदरों प्यार भुज भिज के ना कुछ पुठा ना बोल देवी, तू कुछ सानू इं लगता भी तू कुछ गलत बोल रहा है। कहिंदा नहीं प्यारो मैं गलत नहीं बोल रहा है। फिर क्लीयर कर किवें कह रहा, तू भी मिला ते मैं भी मिला। मिला इस करके कह रहा है क्योंकि मैं दुनिया के लोगों नू एक कंडे तो दूजे कंडे ते छड़दा, जानी कि दुनिया के लोगों नू नदी विचों दी तारदा हाँ। मैं बेड़ी चलाउणा ते गुरु गुरु सच्चे नाम दी बेड़ी दे विच ना वाहगुरु रूपी नाम दी बेड़ी विच सब नू चढ़ाउंदा ते आ दुनिया सागर तो तारदा। सच्चे पातशाह अपना धार एक दूजे दे सिर मत्थे है। अज मैं तैनू एक कंडे तो दूजे कंडे ते लाया, कराया कोई नहीं। ते कल नू जो मैं शरीरक रूपी चोला छड़ देवांगा ना इस संसार सागर तरन वेले, तू अपनी बेड़ी च मैनू बहा लवी ते उत्थे मैं तैनू कराया कोई नहीं देना। इत्थे मैं तैनू तारिया, उत्थे तू मैनू तार देवी। आही मंगा आही मंगा प्यार विच भिज के मंगिया की आ, तार देवी कदे मेरा जीवन असफल ना होवे सफल कर देवी। गुरु ने घुट के गल वकड़ी विच लिया, भाई सैदे नू प्यार दिता। सैदिया तेरे वर्गा प्यार, तेरे वर्गी भावना, तेरे वर्गा सत्कार नहीं कित मिलता। तेरे कहे हुए बोलां नू गुरु भावें किवें उल्टा देवेगा। फिर बाणी विच ही गुरु पातशाह लिखिया साध वचन अटलादा, कि गुरु पातशाह जी जिक्र करते ने रब दे प्यारियां दे कहे हुए मुख दे विचों बचन, ओ रब भी नहीं उलटाउंदा, परमेश्वर परमात्मा नहीं भी उलटाउंदा गा। ओ रब दे प्यारे कौन ने, इन्ना जरूर ध्यान रखना, जो सतगुर माहे समाना, सतगुर की जिसनू मत आवै आ गा रब दा प्यारा। सतगुर की जिसनू मत आवै सो सतगुर माहे समाना, आ रब दे प्यारे दे वचन नहीं उलटाउंदा। जिहड़ा गुरु की मत लेके जिंदगी जिउंदा, जिहड़ा अपनी मत नाल जिंदगी जिउंदा ना, उन्हां दे कोई वचन नहीं मन्ने जांदेगे। इस करके सैदे वर्गा प्यार साढ़े अंदर भी बन जावे। भावें असी घर करके गरीब हाँ, भावें असी मेहनत मजदूरी करने वाले, पर सैदे वर्गा प्यार वो सानू गुरु कोलों फ्री दे विच मिलदा। आइए जरूर आपां गुरु कोलों ना गुणा दी ते प्यार दी झोली भर के ले जाइए। फिर अगे पातशाह जी वचन करदे ने, गुरमुख जिन्नी ध्याया हर हर जग ते पूरे परवाना। जिन्हां ने उस परमेश्वर परमात्मा नूं ध्याया वो जग दे विच ना मन्ने तन्ने परवाने बन जांदे ने, सोहणे जीवन वाले बन जांदे ने, चढ़दी कला वाले। कहत नानक सच्चे सिउ प्रीत लाए, नानक कह रहा है ऐ मनुख सच्चे परमात्मा दे नाल अपनी प्रीत जोड़। किहदे वांगू? भाई सैदे वांगू। चूकै मन अभिमाना, अपने मन दे विचों हंकार कढ़ के। हंकार दे दो पक्खां ते साडे नाल संबंध ने, कई बार तो अंदरों बाहर भी फुट के आ जांदा। कई बार ना मेरे वर्गे बाबिआं दे बाहरों हंकार दिंदा नहीं हुंदा, अंदरों हंकारी बहुत हुंदे ने। गुरु साहब जी कहिंदे फिर तू ना अंदरों ना बाहरों, फिर तू दोनों पक्खां तो हंकारी नहीं होवेगा, गुमान तेरे अंदरों खत्म हो जाएगा। लास्ट विच पातशाह जी कहिंदे कहत सुनत सबे सुख पावहे। तू गुरु दी गल कहा भी कर, सुनिया भी कर, सबे सुख पावे। जिन्ने दुनिया दे सुख ने सारे प्राप्त कर लवेगा। कहत सुनत सबे सुख पावहे, मानत माहे पाहे नदाना। ते गुरु दी गल मन के ना तू गुणा दा निदान खजाना प्राप्त कर लवेगा। सो इत्थों तक अज दी विचार समाप्त। भुलां चुकां दी खिमा गुरु ते संगत बख्शन योग है सब दा धन्नवाद। वाहिगुरू जी का खालसा, वाहिगुरू जी की फतेह। राम कली।